ਜਨਾਬੇ ਮੁਹਤਰਮ, ਤੁਸੀਂ ਪਹਿਲਾ ਜਿਹੜਾ ਕੁੱਤਾ ਲੜਾਇਆ ਉਹ ਕਿਹੜੇ ਸੰਨ 'ਚ ਲੜਾਇਆ ਅਤੇ ਕੀ ਉਹਦਾ ਕੱਦ ਸੀ, ਕੀ ਰੰਗ ਸੀ? ਪਹਿਲਾ ਕੁੱਤਾ ਜੀ, ਮੈਂ ਤਾਂ ਉਸ ਵੇਲੇ ਪੜ੍ਹਦਾ ਸਾਂ ਕਾਲਜ 'ਚ, ਮੇਰੇ ਵੱਡੇ ਭਾਈ ਹੋਣੀ ਲੜਾਉਂਦੇ ਰਹੇ ਰਾਜਾ ਅਲੀ ਅਸਗਰ ਸਾਹਿਬ। ਉਹ ਕੁੱਤੀ ਹੁੰਦੀ ਸੀ ਤੁਰੇਜ ਖਰਲ ਦੀ ਛੀਨੀ, ਉਹ ਛੀਨੀ ਕੁੱਤੀ ਜਿਹੜੀ ਹੈ ਨਾ ਉਹ ਲਿਆਂਦੀ ਬੱਚਿਆਂ ਵਾਸਤੇ ਮੰਗ ਕੇ ਅਸੀਂ, ਉਹਦੇ 'ਤੇ ਕੁੱਤਾ ਮਲਾਇਆ ਅੱਗੋਂ ਦੁੱਲੇ ਕਾਠੀਏ ਕੋਲ ਹੁੰਦਾ ਸੀ ਇੱਕ ਰੱਤਾ ਕੁੱਤਾ, ਉਹ ਕੁੱਤਾ ਕ੍ਰਾਸ ਕਰਾਇਆ ਅਤੇ ਉਹਦੇ ਬੱਚੇ ਹੋਏ 10, 5 ਕੁੱਤੀਆਂ ਅਤੇ 5 ਕੁੱਤੇ। ਹਾਸਲ ਡੋਗਰ ਬੜਾ ਮਸ਼ਹੂਰ ਸ਼ਿਕਾਰੀ ਹੋਇਆ 41 ਚੱਕ ਡੋਗਰਾਂ ਵਾਲੇ ਦਾ, ਜੋੜੀ ਉਹਨੂੰ ਦਿੱਤੀ, ਜੋੜੀ ਦੁੱਲੇ ਕਾਠੀਏ ਨੂੰ ਦਿੱਤੀ, ਜੋੜੀ ਅੱਲਾ ਜਨ ਨਸੀਬ ਕਰੇ ਵੱਡੇ ਭਾਈ ਉਹਨਾਂ ਰੱਖੀ, ਜੋੜੀ ਮੈਂ ਰੱਖੀ ਅਤੇ ਜੋੜੀ ਅਸੀਂ ਦਿੱਤੀ ਇੱਕ ਗੁੱਲਣ ਸਹੁ ਹੁੰਦਾ ਸੀ ਉਹਨੂੰ। ਉਹ ਕੁੱਤਿਆਂ ਬੜੇ ਨਾਂ ਪੈਦਾ ਕੀਤੇ ਫਿਰ, ਉਹ ਹਾਸਲ ਡੋਗਰ ਵਾਲਾ ਕੁੱਤਾ ਤਾਂ ਫਿਰ ਬੜਾ ਮਸ਼ਹੂਰ ਕੁੱਤਾ ਹੋ ਗੁਜ਼ਰਿਆ, ਅਤੇ ਜਿਹੜਾ ਸਾਡੇ ਕੋਲ ਸੀ ਕੁੱਤਾ ਲੰਗੜੀ, ਉਹਦਾ ਨਾਂ ਸੀ, ਉਹਦੀ ਇੱਕ ਲੱਤ ਜਿਹੜੀ ਸੀ ਉਹ ਸੁੱਕ ਗਈ ਸੀ। ਉਹਦੀਆਂ ਬੜੀਆਂ ਲੰਬੀਆਂ ਲੜਾਈਆਂ ਜਿਹੜੀਆਂ, ਮੈਂ 3 ਲੜਾਈਆਂ ਕਾਬਲੇ ਜ਼ਿਕਰ, ਜਿਹੜੀ ਇੱਕ 52 ਮਿੰਟ ਦੀ ਹੋਈ, ਇੱਕ 57 ਮਿੰਟ ਦੀ ਹੋਈ, ਇੱਕ 1 ਘੰਟਾ 2 ਮਿੰਟ ਦੀ ਹੋਈ। ਇੰਨੀਆਂ ਲੰਬੀਆਂ ਲੜਾਈਆਂ ਲੜਨ ਵਾਲੇ ਉਹ ਕੁੱਤੇ ਸੀ, ਬਰਦਾਸ਼ਤਾਂ ਵੀ ਅਤੇ ਮਾਰਾਂ ਵੀ। ਅੱਜ ਤਾਂ ਹੁਣ 20 ਮਿੰਟਾਂ ਬਾਅਦ ਕੁੱਤੇ ਫੜ ਲੈਂਦੇ ਆ। ਅਤੇ ਉਹਦੇ ਬਾਅਦ ਫਿਰ ਨੰਬਰਦਾਰ ਸਾਹਿਬ ਨੇ ਕੁੱਤਾ ਰੱਖਿਆ ਮਿਕਸ, ਕੁਲਟੇਰ ਕੁੱਤੀ ਦੇ ਉੱਤੇ ਬੱਗੂ ਸ਼ਾਹ ਵਾਲਾ ਕੁੱਤਾ ਮਿਲਾਇਆ। ਉਹ ਮਿਕਸ ਕੁੱਤਾ ਇੱਕ ਮੀਟਰ ਸੀ, ਮਲਕ ਮੁਨੱਵਰ ਹੁੰਦਾ ਸੀ ਥਾਣੇ ਆਮ ਬਾਜ਼ਾਰ 'ਚ, ਮੀਟਰ ਉਹਦੇ ਕੋਲ ਸੀ ਅਤੇ ਉਹਦਾ ਪਰਾਇਆ ਕਰੰਟ ਜਿਹੜਾ ਇਹਨਾਂ ਕੋਲ ਸੀ, ਭਾਈ ਹੋਰਾਂ ਕੋਲ। ਉਹ ਫਿਰ ਬੜੀਆਂ ਲੜਾਈਆਂ ਲੜਿਆ ਅਤੇ ਉਹਨਾਂ ਦੀ ਨਸਲ ਬਾਅਦ ਦੇ ਵਿੱਚ ਚੱਲੀ ਉਹਨਾਂ ਦੀ। ਮੀਟਰ ਉਹਨਾਂ ਦੀ ਇੱਕ ਭੈਣ ਜਿਹੜੀ ਹੈ, ਸੀਜ਼ਰ ਉਹਦਾ ਨਾਂ ਸੀ, ਉਹ ਕੁੱਤੀ ਲੈ ਗਏ ਬਲੋਚ, ਬਲੋਚਾਂ ਅਗਾਂ ਆਪਣੇ ਕੁੱਤੇ ਮਿਕਸ ਕੀਤੇ ਵਿੱਚੋਂ, ਜਿਹੜੇ ਬੌਂਗੇ ਰੀ ਫਿਰ ਉਹਦੇ 'ਚੋਂ ਬਣੇ, ਇਹ ਬੌਂਗੇ ਉਹਨਾਂ ਦੀ ਬਰੀਡ ਫਿਰ ਉਹਨਾਂ 'ਚੋਂ ਚੱਲੀ।